ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਅੱਜ ਦੀ ਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਸੰਯੁਕਤ ਕਿਸਾਨ ਮੋਰਚਾ 11 ਮਾਰਚ ਨੂੰ ਕਰੇਗਾ ਅਗਲੀ ਰਣਨੀਤੀ ਦਾ ਐਲਾਨ ਪੂਰੇ ਦੇਸ਼ ਵਿੱਚ ਅੰਦੋਲਨ ਫਲਾਉਣ ਦੀਆਂ ਤਿਆਰੀਆਂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਿਸਾਨ ਯੂਨੀਅਨ ਨੇ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲਾਏ ਜਾਂਦੇ ਉਦੋਂ ਤੱਕ ਉਹ ਦਿੱਲੀ ਦੀਆਂ ਬਰੂਹਾਂ ਤੋਂ ਵਾਪਸ ਨਹੀਂ ਪਰਤਣਗੇ ਜਥੇਬੰਦੀਆਂ ਆਪਣੇ ਅਗਲੇ ਪ੍ਰੋਗਰਾਮ ਦੀ ਨੀਤੀ 11 ਮਾਰਚ ਨੂੰ ਐਲਾਨ ਕਰਨਗੀਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਅੰਦੋਲਨ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਤੇ ਸੂਬਿਆਂ ਵਿੱਚ ਫਲਾਉਂਦਾ ਕਿਸਾਨ ਜਥੇਬੰਦੀਆਂ ਚੋਣਾਂ ਵਾਲੇ ਰਾਜਾਂ ਵਿੱਚ ਵੀ ਜਾਣਗੀਆਂ ਜਿਸ ਦੇ ਵਿੱਚ ਪੱਛਮੀ ਬੰਗਾਲ ਮੱਧ ਪ੍ਰਦੇਸ਼ ਕਰਨਾਟਕਾ ਵੀ ਸ਼ਾਮਲ ਹੈ ਕਿਸਾਨ ਇਨ੍ਹਾਂ ਸੂਬਿਆਂ ਦੇ ਵਿੱਚ ਜਾਣਗੇ ਤੇ ਕਿਸਾਨਾਂ ਨੂੰ ਖੇਤੀ ਕਾਨੂੰਨਾ ਸਬੰਧੀ ਜਾਗਰੂਕ ਕਰਨਗੇ ਅਗਲੀ ਖਬਰ ਹੈ ਵਿਧਾਨ ਸਭਾ ਦੇ ਵਿੱਚ ਬੇਪਰੋਸਗੀ ਮਤਾ ਲਿਆਉਣਗੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਗੁਰੂ ਦਰੋਣਾਚਾਰੀਆ ਵਾਰਡ ਨਾਲ ਸਨਮਾਨਤ ਸਾਬਕਾ ਐਸਪੀ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕੋਚ ਰਹੇ ਕ੍ਰਿਸ਼ਨ ਹੁੱਡਾ ਵੱਲੋਂ ਕਰਨਾਲ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ ਦੇ ਨਾਲ ਹਰਿਆਣਾ ਦੇ ਕਈ ਨਾਮੀ ਖਿਡਿਆਰੀ ਤੇ ਉਹਨਾਂ ਦੇ ਕੋਚ ਪਹੁੰਚੇ ਜਿਸ ਦੇ ਵਿੱਚ ਬੌਕਸਰ ਬਜਿੰਦਰ ਸਿੰਘ ਅਤੇ ਰੈਸਲਰ ਕੋਚ ਮਹਾਵੀਰ ਫਰਗਟ ਵੀ ਸ਼ਾਮਲ ਸੀ ਭਪਿੰਦਰ ਸਿੰਘ ਹੁੱਡਾ ਨੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਕਿਹਾ ਕਿ ਇੰਨਾ ਵੱਡਾ ਤੇ ਸ਼ਾਂਤ ਅੰਦੋਲਨ ਮੈਂ ਅੱਜ ਤੱਕ ਨਹੀਂ ਦੇਖਿਆ ਸਰਕਾਰ ਤੋਂ ਅੱਜ ਹਰ ਵਰਗ ਪਰੇਸ਼ਾਨ ਹੈ ਸਰਕਾਰ ਦੀਆਂ ਇਹ ਗਲਤ ਨੀਤੀਆਂ ਨੇ ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣੀ ਚਾਹੀਦੀ ਹੈ ਤੇ ਹੁੱਡਾ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਬੇਪਰੋਸਗੀ ਪ੍ਰਸਤਾਵ 10 ਮਾਰਚ ਨੂੰ ਲੈ ਕੇ ਆਵਾਂਗੇ ਉਸ ਦਿਨ ਕੁਝ ਚਿਹਰੇ ਬੇਨਕਾਬ ਹੋ ਜਾਣਗੇ ਜੋ ਇੱਥੇ ਕੁਝ ਹੋਰ ਕਹਿੰਦੇ ਹਨ ਤੇ ਕੁਝ ਹੋਰ ਕਹਿਣਗੇ ਅਗਲੀ ਖਬਰ ਹੈ ਪੰਜਾਬ ਬਿਜਲੀ ਬੋਰਡ ਦੇ ਵਿੱਚ ਨਿਕਲੀਆਂ ਨੌਕਰੀਆਂ ਨਾ ਲਿਖਤੀ ਪ੍ਰੀਖਿਆ ਤੇ ਨਾ ਇੰਟਰਵਿਊ ਇੰਜ ਕਰੋ ਅਪਲਾਈ ਤਾਂ ਦੋਸਤੋ ਪੰਜਾਬ ਰਾਜ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਆਪਣੀ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਦੀ ਮੰਗ ਕੀਤੀ ਹੈ ਇਸ ਦੇ ਮੁਤਾਬਕ ਇਹ ਭਾਰਤੀ असिस्टेंट सबस्टेशन अटेंडेंट ਦੇ ਕੁੱਲ 150 ਅਹੁਦਿਆਂ ਤੇ ਕੀਤੀ ਜਾਵੇਗੀ 5 ਮਾਰਚ 2021 ਤੋਂ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ 10ਵੀਂ ਪਾਸ ਉਮੀਦਵਾਰ PSTCL ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਆਨਲਾਈਨ ਬਿਨੈ ਅਦਾ ਕਰ ਸਕਦੇ ਨੇ ਬਿਨੈਕਾਰ ਦੀ ਚੋਣ ਮੈਰਿਟ ਦੇ ਆਧਾਰ ਤੇ ਕੀਤੀ ਜਾਵੇਗੀ ਉਹਨਾਂ ਨੂੰ ਕੋਈ ਪਰਵੇਜ਼ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਦੇਣੀ ਪਵੇਗੀ ਜੇਕਰ ਤੁਸੀਂ ਇਸ ਅਹੁਦੇ ਲਈ ਬਿਨੈ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਨਾਲ ਸੰਬੰਧਤ ਹੋਰ ਮਹੱਤਵਪੂਰਨ ਜਾਣਕਾਰੀ ਜਿਵੇਂ ਕਿ ਯੋਗਤਾ ਅਹੁਦਿਆਂ ਦੀ ਵੰਡ ਬੇਤਨ ਆਦਿ ਅਗਲੀ ਸਲਾਈਡ ਤੇ ਜਾ ਕੇ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਦੱਸਦੀ ਕਿ ਅਰਜੀ ਜਮ੍ਹਾਂ ਕਰਨ ਦੀ ਤਰੀਕ 5 ਮਾਰਚ ਤੋਂ ਸਟਾਰਟ ਹੋ ਕੇ ਤੇ ਆਖਰੀ ਤਰੀਕ 26 ਮਾਰਚ ਤੱਕ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ। ਅਗਲੀ ਖਬਰ ਹੈ ਕਿਸਾਨ ਲੀਡਰ ਕੇਸ ਟਕੈਤ ਦੇ ਵੱਲੋਂ 13 ਮਾਰਚ ਨੂੰ ਬੰਗਾਲ ਜਾਣ ਦਾ ਐਲਾਨ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੀ ਜਰਨਲ ਸਕੱਤਰ ਪ੍ਰਾਂਕਾ ਗਾਂਧੀ ਬਾਂਡਰਾ ਅੱਜ ਮੇਰਠ ਦੇ ਵਿੱਚ ਕਿਸਾਨ ਪੰਚਾਇਤ ਵਿੱਚ ਹਿੱਸਾ ਲਵੇਗੀ। ਸਭ ਤੋਂ ਪਹਿਲਾਂ ਪ੍ਰਾਂਕਾ ਗਾਂਧੀ ਨੇ ਸਹਾਰਨਪੁਰ ਵਿੱਚ ਕਿਸਾਨ ਪੰਚਾਇਤ ਨੂੰ ਸਬੋਧਨ ਕੀਤਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਰਕੇਸ਼ ਟਕੈਤ ਨੇ ਕਿਹਾ ਕਿ 13 ਮਾਰਚ ਨੂੰ ਬੰਗਾਲ ਦੇ ਵਿੱਚ ਜਾਣ ਦਾ ਕਿਸਾਨਾਂ ਨੂੰ ਐਲਾਨ ਕੀਤਾ ਗਿਆ ਹੈ। ਅਗਲੀ ਖਬਰ ਹੈ ਮੌਸਮ ਵਿਭਾਗ ਦੇ ਵੱਲੋਂ ਮੀਂਹ ਅਤੇ ਝੱਖੜ ਦਾ ਅਲਰਟ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਤੇ ਪਹਾੜਾਂ ਦੇ ਵਿੱਚ ਫੇਰ ਪਵੇਗੀ ਬਰਫ਼। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਮੇਤ ਉੱਤਰੀ ਭਾਰਤ ਦੇ ਵਿੱਚ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਹਲਕੀ ਬਾਰਸ਼ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਲਕੀ ਬਾਰਸ਼ ਹੋਵੇਗੀ ਤੇ ਬੱਦਲ ਵਾਈ ਵੀ ਜਾਰੀ ਰਹੇਗੀ। ਮੌਸਮ ਵਿਭਾਗ ਦੇ ਮੁਤਾਬਕ ਤਾਜ਼ਾ ਪੱਛਮੀ ਗੜਵੜ ਕਾਰਨ ਉੱਤਰ ਭਾਰਤ ਵਿੱਚ ਗਰਜਾਂ ਦੇ ਨਾਲ-ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਪਹਾੜਾਂ ਦੇ ਵਿੱਚ ਇੱਕ ਵਾਰ ਫੇਰ ਬਰਫਬਾਰੀ ਹੋਈ ਹੈ। ਪੱਛਮੀ ਗੜਵੜ ਦੇ ਪ੍ਰਭਾਵ ਅਧੀਨ ਪੱਛਮੀ ਹਿਮਾਲਿਆ ਖੇਤਰ ਜਿਵੇਂ ਕਿ ਜੰਮੂ ਕਸ਼ਮੀਰ ਲਦਾਖ, ਪੰਜਾਬ ਅਤੇ ਉੱਤਰ ਹਰਿਆਣਾ ਵਿੱਚ ਗੜੇਮਾਰੀ ਦੇ ਨਾਲ-ਨਾਲ ਭਾਰੀ ਵਾਰਸ਼ ਵੀ ਹੋ ਸਕਦੀ ਹੈ। ਇਹੋ ਸਥਿਤੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਇਲਾਕਿਆਂ ਦੇ ਵਿੱਚ ਵੀ ਜਾਰੀ ਰਹੇਗੀ। ਇਸ ਤੋਂ ਇਲਾਵਾ ਅਗਲੇ 4 ਤੋਂ 5 ਦਿਨਾਂ ਤੱਕ ਉਰਨਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਾਰਸ਼ ਹੋਣ ਦੀ ਵੀ ਸੁਭਾਵਨਾ ਦੱਸੀ ਜਾ ਰਹੀ ਹੈ। ਅਗਲੀ ਖਬਰ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਦੌਰਾਨ ਇਨ੍ਹਾਂ ਲੋਕਾਂ ਨੂੰ ਮਿਲੀ ਛੋਟ। ਤਾਂ ਦੋਸਤੋ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਵੇਖਦਿਆਂ ਪੰਜਾਬ ਦੇ ਚਾਰ ਜ਼ਿਲ੍ਹੇ ਜਿਵੇਂ ਕਿ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲਾ ਦੇ ਵਿੱਚ ਰਾਤ ਦਾ ਕਰਫਿਊ ਲਾ ਦਿੱਤਾ ਗਿਆ। ਇਹੇ ਕਰਫਿਊ ਰਾਤ ਦੇ 11 ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਾਰੀ ਰਹੇਗਾ। ਰਾਤ ਦੇ ਕਰਫਿਊ ਪਾਬੰਦੀਆਂ ਦੇ ਹੁਕਮ ਫੈਕਟਰੀਆਂ ਦੇ ਸਟਾਫ ਲੇਬਰ ਜੋ ਕਿ 24 ਘੰਟੇ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਨੇ ਐਮਰਜੈਂਸੀ ਸਿਹਤ ਸਵਾਮਾ ਨੈਸ਼ਨਲ ਹਾਈਵੇ ਤੇ ਆਵਾਜਾਈ ਤੇ ਬੱਸਾਂ ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਯਾਤਰਾ ਕਰਕੇ ਵਾਪਸ ਭਾਰਤ ਰਹਿ ਲੋਕਾਂ ਤੇ ਲਾਗੂ ਨਹੀਂ ਹੋਵੇਗਾ ਅਗਲੀ ਖਬਰ ਹੈ ਕਰੋਨਾ ਦਾ ਕਹਿਰ ਬਦਨ ਮਗਰੋਂ ਪੰਜਾਬ ਦੇ ਵਿੱਚ ਹੋਣਗੇ ਸਕੂਲ ਬੰਦ ਸਰਕਾਰ ਨੇ ਕੀਤਾ ਸਪਸ਼ਟ ਤਾਂ ਦੋਸਤੋ ਪੰਜਾਬ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਮਗਰੋਂ ਸਵਾਲ ਉੱਠ ਰਹੇ ਨੇ ਕੀ ਸਰਕਾਰ ਹੁਣ ਮੋੜ ਸਕੂਲ ਬੰਦ ਕਰੇਗੀ ਇਸ ਬਾਰੇ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸਕੂਲ ਬੰਦ ਨਹੀਂ ਹੋਣਗੇ ਮੁੱਖ ਸਕੱਤਰ ਬਿੰਨੀ ਮਹਾਜਨ ਨੇ ਕਿਹਾ ਕਿ ਸਕੂਲਾਂ ਵਿੱਚ ਬਿਮਾਰੀ ਦਾ ਫਲਾ ਘਟ ਹੈ ਇਸ ਲਈ ਸਕੂਲ ਬੰਦ ਕਰਨ ਦੀ ਲੋੜ ਨਹੀਂ ਹੈ ਉਹ ਜੋ ਉਹਨਾਂ ਨੇ ਕਿਹਾ ਕਿ ਸਕੂਲ ਅਧਿਆਪਕਾਂ ਨੂੰ ਟੈਸਟ ਕਰਵਾਉਣ ਲਈ ਉਤ사ਹਤ ਕੀਤਾ ਜਾਵੇ ਅਤੇ ਜੋਗ ਅਧਿਆਪਕਾਂ ਨੂੰ ਪਹਿਲ ਦੇ ਆਧਾਰ ਤੇ ਫਰੰਟ ਲਾਈਨ ਵਰਕਰਾਂ ਵਜੋਂ ਲਾਜ਼ਮੀ ਤੌਰ ਤੇ ਟੀਕਾ ਲਾਇਆ ਜਾਵੇਗਾ ਅਗਲੀ ਖਬਰ ਹੈ ਖੇਤੀਬਾੜੀ ਮੰਤਰੀ ਤੋਮਰ ਨੇ ਖੇਤੀ ਕਾਨੂੰਨਾਂ ਬਾਰੇ ਕੀਤਾ ਵੱਡਾ ਦਾਵਾ ਕਾਨੂੰਨ ਇਸ ਕਰਕੇ ਨਹੀਂ ਹੋ ਰਹੇ ਵਾਪਸ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਿਸਾਨ ਆंदोलਨ ਬੇਸ਼ੱਕ ਮੋਦੀ ਸਰਕਾਰ ਦੇ ਅਕਸ ਨੂੰ ਵੱਡੀ ਢਾਲ ਆ ਰਿਹਾ ਹੈ ਪਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਜੇ ਵੀ ਆਪਣੇ ਤੇਵਰ ਨਰਮ ਕਰਨ ਦੇ ਲਈ ਨਹੀਂ ਤਿਆਰ ਹੈ ਉਹਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਵਿੱਚ ਕੋਈ ਨੁਕਸ ਨਹੀਂ ਹੈ ਅਤੇ ਸਿਰਫ ਸੰਘਰਸ਼ੀ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਦੇ ਲਈ ਤਿਆਰ ਹੈ ਤੋਂਮਰ ਨੇ ਇਹ ਵੀ ਕਿਹਾ ਕਿ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਕਾਨੂੰਨਾਂ ਦੀਆਂ ਤਜਵੀਜ਼ਾਂ ਵਿੱਚੋਂ ਅਜੇ ਤੱਕ ਕੋਈ ਗਲਤੀ ਨਹੀਂ ਕੱਢ ਸਕੀਆਂ। ਮంత్రి ਨੇ ਕਿਹਾ ਕਿ ਸਰਕਾਰ ਵੱਲੋਂ ਸੋਧਾਂ ਦੀ ਤਜਵੀਜ਼ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਕਾਨੂੰਨਾਂ ਵਿੱਚ ਕੁਝ ਗਲਤ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇਹ ਤਜਵੀਜ਼ ਇਸ ਲਈ ਰੱਖੀ ਕਿਉਂਕਿ ਕਿਸਾਨ ਇਸ ਸੰਘਰਸ਼ ਦਾ ਚਿਹਰਾ ਬਣੇ ਹੋਏ ਨੇ ਖੇਤੀ ਮੰਤਰੀ ਇੱਥੇ ਹੀ ਨਹੀਂ ਰਕਿਓ ਉਹਨਾਂ ਨੇ ਮੋੜ ਕੇ ਹੈ ਕਿ ਕਿਸਾਨ ਅੰਦੋਲਨ ਉੱਪਰ ਵਿਰੋਧੀ ਪਾਰਟੀਆਂ ਸਿਆਸਤ ਕਰ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਵਿਰੋਧੀ ਤੇ ਖੇਤੀ ਆਰਥਿਕਤਾ ਦੀ ਕੀਮਤ ਉੱਤੇ ਕਿਸਾਨ ਹਿੱਤਾਂ ਦਾ ਨੁਕਸਾਨ ਕਰਕੇ ਰਾਜਨੀਤੀ ਵੀ ਕਰ ਰਹੀਆਂ ਨੇ ਅਗਲੀ ਖਬਰ ਹੈ ਕੋਵਿਡ-19 ਕੇਸਾਂ ਦੇ ਵਿੱਚ ਵਾਧਾ ਪੰਜਾਬ ਸਣੇ 6 ਰਾਜ ਮੋਰੀ ਤਾਂ ਦੋਸਤੋ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ ਕੇਰਲ ਪੰਜਾਬ ਗੁਜਰਾਤ ਸਣੇ 6 ਰਾਜਾਂ ਵਿੱਚ ਰੋਜ਼ਾਨਾ ਕੋਵਿਡ-19 ਦੇ ਕੇਸ ਵਧ ਰਹੇ ਨੇ ਬੀਤੇ 24 ਘੰਟਿਆਂ ਦੇ ਦੌਰਾਨ ਮਿਲੇ 18711 ਨਵੇਂ ਕੇਸਾਂ ਦੇ ਵਿੱਚੋਂ 84.71% ਇਹਨਾਂ ਰਾਜਾਂ ਦੇ ਵਿੱਚੋਂ ਹੀ ਕੇਸ ਆ ਮਲੇ ਮਹਾਰਾਸ਼ਟਰ ਦੇ ਵਿੱਚ ਤਾਜ਼ਾ 10187 ਨਵੇਂ ਕੇਸ ਸਾਹਮਣੇ ਆਏ ਨੇ ਤੇ ਇਸ ਤੋਂ ਬਾਅਦ ਕੇਰਲ ਦੇ ਵਿੱਚ 2091 ਤੇ ਪੰਜਾਬ ਦੇ ਵਿੱਚ 1159 ਕੇਸ ਸਾਹਮਣੇ ਆਏ ਨੇ ਅਗਲੀ ਖਬਰ ਹੈ ਦੇਸ਼ ਦੇ ਵਿੱਚ ਕਰੋਨਾ ਦੇ 18711 ਨਵੇਂ ਕੇਸ ਤੇ 100 ਹੋਈਆਂ ਮੌਤਾਂ ਪੰਜਾਬ ਦੇ ਵਿੱਚ 12 ਤਾਂ ਦੋਸਤੋ ਦੇਸ਼ ਦੇ ਵਿੱਚ ਕਰੋਨਾ ਦੇ ਮਾਮਲੇ 18711 ਸਾਹਮਣੇ ਆਏ ਨੇ ਲਗਾਤਾਰ ਦੂਜੇ ਦਿਨ 18000 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਹੁਣ ਦੇਸ਼ ਦੇ ਵਿੱਚ ਕਰੋਨਾ ਦੇ ਕੁੱਲ ਕੇਸ 1 ਕਰੋੜ 12 ਲੱਖ 10799 ਹੋ ਗਏ ਨੇ ਸਿਹਤ ਮੰਤਰਾਲੇ ਦੇ ਵੱਲੋਂ ਸਵੇਰੇ ਅੱਜ ਅਪਡੇਟ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ ਕਰਕੇ 100 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 157752 ਤੱਕ ਪੁੱਜ ਗਈ ਹੈ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਕਰੋਨਾ ਕਰਕੇ 12 ਹੋਰ ਨਮੀਆਂ ਜਾਨਾਂ ਗਈਆਂ ਨੇ ਅਗਲੀ ਖਬਰ ਹੈ ਦਿੱਲੀ ਦੇ ਵਿੱਚ ਕਿਡਨੀ ਡਾਇਲਿਸਿਸ ਹਸਪਤਾਲ ਦਾ ਉਦਘਾਟਨ ਦਾ ਦੋਸਤੋ ਬਾਲਾ ਸਾਹਿਬ ਹਸਪਤਾਲ ਇੱਥੇ ਸ਼ੁਰੂ ਕੀਤਾ ਗਿਆ ਪੰਥ ਰਤਨ ਬਾਬਾ ਹਰਵੰਦ ਸਿੰਘ ਕਾਰਸੇਵਾ ਵਾਲਿਆਂ ਦੇ ਨਾਂ ਤੇ ਬਣਾਏ ਕਿਡਨੀ ਡਾਇਲਿਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਦੇ ਵਿੱਚ ਕੀਤਾ ਗਿਆ ਅਗਲੀ ਖਬਰ ਹੈ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ ਰਕੇਸ਼ ਟਕੈਤ ਤਾਂ ਦੋਸਤੋ ਕਿਸਾਨ ਅਗਰ ਕੇਸਟ ਕੈਤ ਨੇ ਕਿਹਾ ਕਿ ਉਹਨਾਂ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ ਟਕੈਤ ਨੇ ਇੱਥੇ ਰਾਮਬਾਜ ਕਸਬੇ ਦੇ ਵਿੱਚ ਇਹ ਬਿਆਨ ਦਿੱਤਾ ਹੈ ਅਗਲੀ ਖਬਰ ਹੈ ਦਿੱਲੀ ਦੇ ਰਾਹਾਂ ਤੇ ਕਿਸਾਨਾਂ ਨੇ ਲਾਇਆ ਜਾਮ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਦੇ 100 ਦਿਨ ਪੂਰੇ ਹੋਣ ਤੇ ਕਿਸਾਨਾਂ ਨੇ ਦਿੱਲੀ ਦੇ ਆਊਟਰ ਰਿੰਗ ਰਿੰਗ ਰੋਡ ਤੇ ਜਾਮ ਕੀਤਾ ਹੈ। ਉਹਨਾਂ ਨੇ ਦਿੱਲੀ ਦੇ ਚਫੇਰੋ ਲੰਘਦੇ ਪੱਛਮੀ ਅਤੇ ਪੂਰਬੀ ਪੈਰੀਫੇਰੀਅਲ ਐਕਸਪ੍ਰੈਸ ਵੇ ਦੇ ਕੁੰਡਲੀ, ਮਾਨੇਸਰ, ਪਲਵਲ ਅਤੇ ਕੁੰਡਲੀ, ਗਾਜੀਬਤ, ਪਲਵਲ ਮਾਰਗ ਨੂੰ ਜਾਮ ਕੀਤਾ ਹੈ। ਅਗਲੀ ਖਬਰ ਹੈ ਸੁਪਰੀਮ ਕੋਰਟ ਦੇ ਵਿੱਚ ਕੇਸਾਂ ਦੀ ਸਿੱਧੀ ਸੁਣਵਾਈ 15 ਤੋਂ। ਤਾਂ ਦੋਸਤੋ ਪਿਛਲੇ ਸਾਲ ਮਾਰਚ ਤੋਂ ਵੀਡੀਓ ਕਾਨਫਰencing ਰਾਹੀਂ ਕੇਸਾਂ ਦੀ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਵੱਲੋਂ ਹੁਣ 15 ਮਾਰਚ ਤੋਂ ਕੇਸਾਂ ਦੀ ਸੁਣਵਾਈ ਪ੍ਰਤੱਖ ਤੌਰ ਤੇ ਕੀਤੀ ਜਾਵੇਗੀ ਸੁਪਰੀਮ ਕੋਰਟ ਨੇ ਹਾਈਬ੍ਰਿਡ ਪ੍ਰਤੱਖ ਸੁਣਵਾਈ ਲਈ ਨਾਮ ਜਾਰੀ ਕੀਤੇ ਨੇ ਅਗਲੀ ਖਬਰ ਹੈ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਲਈ ਸਰਕਾਰ ਤਿਆਰ ਤੋਮਰ ਤਾਂ ਦੋਸਤੋ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੰਘਰਸ਼ੀ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ ਸਰਕਾਰ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਦੇ ਲਈ ਤਿਆਰ ਹੈ ਕੇਂਦਰੀ ਮੰਤਰੀ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਵੀ ਸਿੱਧਿਆ ਅਗਲੀ ਖਬਰ ਹੈ ਖੇਤੀ ਕਾਨੂੰਨ ਕਰਕੇ ਚੱਪੜ ਚਿੜੀ ਜੰਗੀ ਯਾਦਗਾਰ ਨੇੜੇ ਕਿਸਾਨ ਮਹਾਸਭਾ ਦਾ ਵੱਡਾ ਇਕੱਠ ਹੋਵੇਗਾ ਤਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਕਿਸਾਨ ਇਕਤਾ ਮਹਾਲੀ ਦੇ ਵੱਲੋਂ ਇਥੋਂ ਦੇ ਇਤਿਹਾਸਕ ਨਗਰ ਚੱਪੜ ਚੀੜੀ ਦੇ ਕ੍ਰਿਕਟ ਮੈਦਾਨ ਦੇ ਵਿਖੇ ਖੇਤੀ ਕਾਨੂੰਨਾ ਖਿਲਾਫ ਕਿਸਾਨ ਮਹਾਸਭਾ ਕਰਵਾਈ ਜਾਵੇਗੀ। ਅਗਲੀ ਖਬਰ ਹੈ ਟਿੱਕਰੀ ਬਾਰਡਰ ਤੇ ਹਰਿਆਣਾ ਦੇ ਕਿਸਾਨ ਨੇ ਖੁਦਕੁਸ਼ੀ ਕੀਤੀ। ਮੌਤ ਦੇ ਲਈ ਖੇਤੀ ਕਾਨੂੰਨ ਜ਼ਿੰਮੇਵਾਰ ਕਰਾਰ ਤਾ ਦੋਸਤੋ ਤੁਹਾਨੂੰ ਦੱਸਦੀ ਕਿ ਟਿੱਕਰੀ ਬਹਾਦਰਗੜ ਸਰਹੱਦ ਤੇ ਦਰਖਤ ਨਾਲ ਲਟਕੇ 48 ਸਾਲ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ ਉਸਨੇ ਖੁਦਕੁਸ਼ੀ ਨੋਟ ਛੱਡਿਆ ਜਿਸ ਤੇ ਵਿੱਚ ਉਸਨੇ ਖੁਦਕੁਸ਼ੀ ਲਈ ਖੇਤੀ ਕਾਨੂੰਨਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ ਅਗਲੀ ਖਬਰ कोरोना ਦੀਆਂ ਫਰਜੀ ਨੈਗੇਟਿਵ ਰਿਪੋਰਟਾਂ ਬਣਾਉਣ ਵਾਲਾ ਕਾਬੂ ਤਾਂ ਦੋਸਤੋ ਫੌਜ ਦੇ ਵਿੱਚ ਭਰਤੀ ਸੰਬੰਧੀ ਸੈਰ ਵਿੱਚ ਇੱਕ ਫੋਟੋ ਸਟੇਟਸ ਅਨੁਚਾਲਕ ਦੁਆਰਾ ਕਰੋਨਾ ਟੈਸਟ ਦੀ ਫਰਜੀ ਰਿਪੋਰਟ ਤਿਆਰ ਕਰਨ ਦੀ ਇੰਦੀ ਸੂਚਨਾ ਮਿਲਣ ਦੇ ਬਾਅਦ ਸਿਹਤ ਵਿਭਾਗ ਤੇ ਪੁਲਿਸ ਨੇ ਫੋਟੋ ਸਟੇਟਸ ਅਨੁਚਾਲਕ ਦੀ ਦੁਕਾਨ ਤੇ ਰੇਡ ਕਰਕੇ ਲੈਪਟਾਪ ਅਤੇ ਦੂਸਰੇ ਦਸਤਾਵੇਜ਼ ਬਰਾਮਦ ਕਰਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਹਿਸਾਰ ਦੇ ਵਿੱਚ ਫੌਜਦੀ ਭਰਤੀ ਹੋਣੀ ਹੈ ਇਸ ਦੇ ਲਈ ਫੌਜ ਦੇ ਨਿਯਮ ਅਨੁਸਾਰ ਭਰਤੀ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੇ ਕੋਲ ਕਰੋਨਾ ਰਿਪੋਰਟਾਂ ਆਰਟੀ ਪੀ ਸੀ ਆਰ ਟੈਸਟ ਦੀ ਨੈਗੇਟਿਵ ਰਿਪੋਰਟ ਹੋਣਾ ਲਾਜ਼ਮੀ ਸੀ ਅਗਲੀ ਖਬਰ ਹੈ ਮਹਿਲਾ ਦਿਵਸ ਮੌਕੇ ਮੁੱਖ ਮੰਤਰੀ ਵੱਲੋਂ 2407 ਅਧਿਆਪਕਾਂ ਦੀ ਨਿਯੁਕਤੀ ਪੱਤਰ ਦੇ ਕੇ 8 ਨਵੀਆਂ ਸਕੀਮਾਂ ਦੀ ਸ਼ੁਰੂਆਤ ਕਰਨਗੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਔਰਤਾਂ ਦੇ ਸਸਤੀਕਰਨ ਅਤੇ ਉਹਨਾਂ ਦੀ ਰੱਖਿਆ ਕਰਨ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਸੰਯੁਕਤ ਰਾਸ਼ਟਰ ਅਤੇ ਹੋਰ ਵਿਸ਼ਵ ਵਿਆਪੀ ਏਜੰਸੀਆਂ ਨਾਲ ਹੱਥ ਮਿਲਾਉਣ ਦੀ ਤਿਆਰੀ ਹੈ ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਮੰਤਰੀ ਮਹਿਲਾ ਦਿਵਸ ਮੌਕੇ 8 ਵਿਸ਼ੇਸ਼ ਪਹਿਲ ਕਦਮੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ ਅਗਲੀ ਖਬਰ ਹੈ ਕੇਂਦਰੀ ਮੰਤਰੀ ਗਿਰੀ ਰਾਜ ਨੇ ਕਿਹਾ ਕਿ ਅਧਿਕਾਰੀ ਕੰਮ ਨਹੀਂ ਕਰਦੇ ਤਾਂ ਡਾਂਗ ਚੁੱਕੋ ਅਤੇ ਉਹਨਾਂ ਦੇ ਸਿਰ ਤੇ ਮਾਰੋ ਤਾਂ ਦੋਸਤੋ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਨੇ ਆਪਣੇ ਲੋਕ ਸਭਾ ਹਲਕੇ ਬੇਗੂ ਸਰਾਏ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਅਧਿਕਾਰੀ ਉਹਨਾਂ ਦੀ ਗੱਲ ਨਹੀਂ ਮੰਨਦੇ ਤਾਂ ਉਹਨਾਂ ਨੂੰ ਡਾਂਗ ਨਾਲ ਕੁੱਟੋ ਭਾਜਪਾ ਆਗੂ ਨੇ ਆਪਣੇ ਬਿਆਨ ਕਾਰਨ ਅਕਸਰ ਚਰਚਾਾਂ ਦੇ ਵਿੱਚ ਰਹਿੰਦੇ ਨੇ ਤੇ ਖੇਤੀਬਾੜੀ ਸੰਸਥਾ ਵੱਲੋਂ ਕਰਵਾਏ ਸਮਾਗਮ ਦੇ ਵਿੱਚ ਇਹ ਗੱਲ ਉਹਨਾਂ ਨੇ ਆਖੀ ਹੈ ਅਗਲੀ ਖਬਰ ਹੈ ਕਿਸਾਨੀ ਸੰਘਰਸ਼ ਦੇ ਲੇਖੇ ਲੱਗਾ ਗੋਦਬਾਲ ਦਾ 18 ਸਾਲਾਂ ਦਾ ਨੌਜਵਾਨ ਕਿਸਾਨੀ ਝੰਡੇ ਨਾਲ ਦਿੱਤੀ ਆਤਮ ਬਿਦਾਈਗੀ ਤਾਂ ਦੋਸਤੋ ਪਿੰਡ ਗੋਦਵਾਲ ਵਿਖੇ 12ਵੀਂ ਕਲਾਸ ਦੇ ਇੱਕ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਜੇਕਰ ਦਾ ਸਮਾਚਾਰ ਸਾਹਮਣੇ ਆਇਆ ਹੈ ਇਸ ਮੌਕੇ ਮਿੱਤਰਕ ਦੇ ਪਿਤਾ ਇਸ਼ਰ ਸਿੰਘ ਸਿੱਧੂ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤਰ ਜੋ ਕਿ 12ਵੀਂ ਕਲਾਸ ਦਾ ਵਿਦਿਆਰਥੀ ਸੀ ਦਿੱਲੀ ਵਿਖੇ ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਦੌਰਾਨ ਕਈ ਵਾਰ ਆਇਆ ਸੀ ਉਸ ਨੇ ਦੱਸਿਆ ਕਿ ਉਹ ਇਸ ਵਾਰ ਫਰਵਰੀ ਦੇ ਖੀਲੇ ਦਿਨਾਂ ਦੇ ਵਿੱਚ ਸਿੰਘੂ ਬਾਰਡਰ ਤੇ ਸੰਘਰਸ਼ ਦੇ ਵਿੱਚ ਸ਼ਾਮਲ ਸੀ ਜਿੱਥੇ ਉਸ ਦੀ ਤबीयत ਖਰਾਬ ਹੋ ਰਹਿਣ ਲੱਗ ਗਈ ਪਈ ਤੇ ਪਿੰਡ ਦੇ ਕਿਸਾਨਾਂ ਵੱਲੋਂ ਉਸ ਨੂੰ ਬਾਸਪੇਜ ਦਿੱਤਾ ਗਿਆ ਸੀ ਤੇ 4 ਮਾਰਚ ਸ਼ਾਮ 7-8 ਵਜੇ ਉਸ ਦੀ ਤਬੀਅਤ ਖਰਾਬ ਹੋ ਗਈ ਜਿਸ ਨੂੰ ਲਾਈਫ ਕੇਅਰ ਹਸਪਤਾਲ ਰਾਏਕੋਟ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੇ ਪੁੱਤਰ ਤਰਜਿੰਦਰ ਸਿੰਘ ਸਿੱਧੂ ਨੂੰ ਮਿੱਤਰਕ ਐਲਾਨ ਦਿੱਤਾ ਤੇ ਦੋਸਤੋ ਏਸੀ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਪਿਆਰ ਕਰਨਾ ਯਾ ਛੁੜਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ पति पत्नी ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਿਣੇ 'ਚ ਹੈ ਜਾਂ ਕਿਸੇ ਦੀ ਬੇਟੀ ਕਿਸੇ ਦੂਸਰੇ ਦੇ ਕਹਿਣੇ 'ਚ ਹੈ ਪ੍ਰੇਮੀ ਪ੍ਰੇਮਿਕਾ 'ਚ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ ਗੋਲਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 9999 09592471407 ਤੇ دیر ਕਿਸ ਗੱਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ ਸਮਾਧਾਨ ਪਾਓ ਜੀ ਨਾਲ ਦਾ ਨੰਬਰ ਹੈ 09592471407